ਗੱਡੀ ਲਗਾਉਣ ਨੂੰ ਲੈ ਕੇ ਛਿੜਿਆ ਵਿਵਾਦ। ਮਹਿਲਾ ਪੁਲਿਸ ਅਧਿਕਾਰੀ ਨੇ ਸਾਬਕਾ ਫੌਜੀ ਦੀ ਕੀਤੀ ਕੁੱਟਮਾਰ। ਫੌਜੀ ਦੇ ਪੁੱਤ ਤੇ ਵੀ ਕੀਤਾ ਹਮਲਾ। ਮਾਰਕੁੱਟ ਦੀ ਵੀਡੀਓ ਹੋਈ ਵਾਇਰਲ। ਜੀ ਹਾਂ, ਬਟਾਲਾ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਪੁਲਿਸ ਅਧਿਕਾਰੀ ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਗੁਆਂਢ ਵਿੱਚ ਰਹਿੰਦੇ ਸਾਬਕਾ ਫੌਜੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉੱਥੇ ਹੀ ਇਸ ਮਾਮਲੇ 'ਚ ਦੋਵਾਂ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਚੱਲ ਰਹੀ ਹੈ। ਮਾਮਲਾ ਥਾਣਾ ਬਟਾਲਾ ਦੇ ਦਸ਼ਮੇਸ਼ ਨਗਰ ਦਾ ਹੈ, ਜਿੱਥੇ ਰਹਿਣ ਵਾਲੇ ਸਾਬਕਾ ਫੌਜੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਰਹਿ ਰਹੇ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਮਹਿਜ ਮਾਮੂਲੀ ਗੱਡੀ ਘਰ ਤੋਂ ਬਾਹਰ ਕਰਦੇ ਗੱਲਬਾਤ ਹੋਈ ਸੀ, ਜਿਸ ਤੇ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਫੌਜੀ ਪ੍ਰੇਮ ਸਿੰਘ ਨੂੰ ਕ੍ਰੈਕ ਫੌਜੀ ਆਖਿਆ ਤਾਂ ਫੌਜੀ ਦੇ ਬੇਟੇ ਨੇ ਇਸ ਦਾ ਇਤਰਾਜ਼ ਜਤਾਇਆ। ਉੱਥੇ ਹੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਨੇ ਆਰੋਪ ਲਗਾਇਆ ਕਿ ਗੱਲਬਾਤ ਮਾਮੂਲੀ ਸੀ, ਲੇਕਿਨ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਮਹਿਲਾ ਉਹਨਾਂ ਦੇ ਬੇਟੇ ਤੇ ਹਮਲਾ ਕੀਤਾ ਅਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਕਤ ਪੁਲਿਸ ਅਧਿਕਾਰੀ ਦੇ ਪੂਰੇ ਪਰਿਵਾਰ ਨੇ ਉਸ ਤੇ ਹਮਲਾ ਕੀਤਾ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਇੱਥੋਂ ਤੱਕ ਉਸ ਨੂੰ ਆਪਣੇ ਘਰ ਜ਼ਬਰਦਸਤੀ ਲੈ ਗਏ ਅਤੇ ਸਾਰਿਆਂ ਨੇ ਕੁੱਟਿਆ ਅਤੇ ਉਸਦੀ ਸਾਰੀ ਘਟਨਾ ਵੀ ਵੀਡੀਓ ਵਿੱਚ ਸਾਹਮਣੇ ਆਈ ਹੈ। ਸਾਬਕਾ ਫੌਜੀ ਦਾ ਪਰਿਵਾਰ ਕਹਿੰਦਾ ਹੈ ਕਿ ਉਹਨਾਂ ਵੱਲੋਂ ਸਥਾਨਕ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਇਸ ਮਾਮਲੇ 'ਚ ਪੁਲਿਸ ਥਾਣਾ ਸਿਵਲ ਲਾਈਨ ਦੇ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਇਸ ਮਾਮਲੇ 'ਚ ਦੋਵਾਂ ਧਿਰਾਂ ਦੀ ਸ਼ਿਕਾਇਤ ਆਈ ਹੈ ਅਤੇ ਇਸ ਮਾਮਲੇ 'ਚ ਸਾਬਕਾ ਫੌਜੀ ਅਤੇ ਉਹਨਾਂ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਪਰਿਵਾਰ ਦਾ ਮਹਿਜ ਗੱਡੀ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਦੱਸਿਆ ਕਿ ਇਸ ਤਕਰਾਰ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰ ਬਣਦੀ ਕਾਨੂੰਨੀ ਕੀਤੀ ਜਾਵੇਗੀ। ਸਾਰਾ ਕੀ ਹੈ ਮਾਮਲਾ, ਸੁਣ ਪੂਰੀ ਖਬਰ। ਮੇਰਾ ਨਾਂ ਜੀ, ਮੈਂ ਰਿਟਾਇਰ ਫੌਜੀ ਹਾਂ, ਪ੍ਰੇਮ ਸਿੰਘ ਮੇਰਾ ਨਾਂ ਹੈ। ਗੱਲ ਉਹ ਦਿਨ ਮੈਂ ਇੱਥੇ ਆਪਣੇ ਗੁਆਂਢ 'ਚ ਅੱਜ ਤੱਕ ਨਹੀਂ ਹੁੰਦਾ, ਠੀਕ ਹੈ ਜੀ। ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ, ਸੱਤ ਸੱਤ ਕਰੀਦੀ ਆ ਵੀ ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਤਿ ਸ਼੍ਰੀ ਅਕਾਲ ਬੁਲਾਈਦੀ ਆ, ਕਿਸੇ ਨਾਲ ਅੱਜ ਤੱਕ ਵੈਰ ਨਹੀਂ ਹੋਏ, ਕੁਛ ਨਹੀਂ ਹੋਇਆ। ਉੱਦਨ ਜਿਹੜੀ ਗੱਲ ਹੋਈ ਆ, ਉੱਦਨ ਵੀ ਇਹ ਮਾਵਾਂ ਧੀਆਂ ਉੱਥੇ ਬਾਹਰ ਖੜੀਆਂ ਸੀ। ਇਹਨਾਂ ਨੂੰ ਮੈਂ ਇੱਕ ਹੀ ਗਈ, ਮੈਂ ਸਤਿ ਸ਼੍ਰੀ ਅਕਾਲ ਬੁਲਾ ਕੇ ਫਿਰ ਮੈਂ ਗਿਆ। ਜਿੱਦਾਂ ਮੈਂ ਨਿਕਲਿਆ, ਕਿਤੇ ਮੁੰਡਾ ਮੇਰਾ ਬਾਹਰ ਖੜਾ ਸੀ ਉਸ ਟਾਈਮ 'ਤੇ, ਅਤੇ ਇਹ ਮਾਵਾਂ ਧੀਆਂ ਕਹਿਣਾ ਪਈ, ਕਹਿੰਦੀ ਕਹਿੰਦੀ ਫੌਜੀ 'ਤੇ ਕਰਾਇਆ ਗਾ। ਅਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ, ਕਹਿੰਦਾ ਵੀ ਆਂਟੀ ਤੁਸੀਂ ਇੱਦਾਂ ਕੋਈ ਕਹਿੰਦੇ ਫੌਜੀ ਕਰਾਇਆ ਗਾ, ਉਹ ਆਈ ਆ ਉਹਦੀ ਕੁੜੀ, ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ। ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ, ਮੈਨੂੰ ਕਰੀਬ 3 ਜਾਂ 4 ਮਿੰਟ ਬਾਅਦ ਕਾਲ ਆ ਗਈ ਮੁੰਡੇ ਦੀ, ਕਹਿੰਦਾ ਪਾਪਾ ਆਹ ਗੱਲ ਹੋ ਗਈ। ਮੈਂ ਜਿੱਦਾਂ ਆਇਆ ਇੱਥੇ ਘਰੇ, ਮੈਂ ਹਾਲੇ ਗੱਡੀ ਖੜੀ ਕੀਤੀ ਆ, ਇਹਨਾਂ ਮੈਨੂੰ ਧੂ ਕੇ ਅੰਦਰ ਕੀਤਾ ਵਾ। ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ, ਉਹ ਮੈਨੂੰ ਅੰਦਰ ਲੈ ਕੇ ਚੱਲ ਗਏ ਆ। ਇਹਨਾਂ ਨੇ ਮੇਰੇ ਹੱਥ ਚੁੱਕਿਆ ਸਾਰਿਆਂ ਨੇ, ਠੀਕ ਹੈ ਜੀ। ਮੈਂ ਕੁਛ ਨਹੀਂ ਕੀਤਾ, ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਵੀ ਕੀ ਹੋਇਆ, ਕੀ ਹੈ, ਦੱਸੋ ਤਾਂ ਗੱਲ ਕੀ ਆ। ਮੈਂ ਤਾਂ ਇਹਨਾਂ ਨੂੰ ਪੁੱਛਣ ਡਿਆ, ਮੈਨੂੰ ਆਏ ਸਿੱਧਾ ਇਹਨਾਂ ਨੇ ਮੈਨੂੰ ਗੱਡੀ 'ਚ, ਮੈਂ ਜਿੱਦਾਂ ਉਤਰਿਆ ਵਾਂ ਮੈਨੂੰ ਅੰਦਰ ਲੈ ਗਏ ਬਸ। ਨਹੀਂ ਆਪਾਂ ਉਹ ਕਾਲ ਕੀਤੀ ਸੀ ਆਪਾਂ, ਉਸ ਤੋਂ ਬਾਅਦ ਮੈਂ ਨਹੀਂ ਕੀਤੀ, ਮੇਰੀ ਵਾਈਫ ਨੇ, ਮੇਰੇ ਬੱਚੇ ਨੇ ਕਾਲ ਕੀਤੀ ਆ। ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਹੈ, ਕਿਉਂਕਿ ਮੇਰੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ। ਮੈਂ ਇੱਥੇ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ, ਇਹ ਪਤਾ ਨਹੀਂ ਫਿਰ ਉੱਥੇ ਉਹ ਲੈ ਗਏ ਆ, ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ, ਪੁਲਿਸ ਆਈ ਆ,
ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ੍ਹ, ਚੰਡੀਗੜ੍ਹੋਂ ਫਿਰ ਇੱਥੇ ਇਹਨਾਂ ਨੇ ਕਾਲ ਕੀਤੀ ਆ, ਬਸ ਇਹ ਉਸ ਤੋਂ ਬਾਅਦ ਮੈਨੂੰ ਇਹ ਉਹ ਹੀ ਪੁਲਿਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ। ਹਾਂਜੀ ਮੇਰੇ ਵੱਲੋਂ ਕੰਪਲੇਂਟ ਆ, ਮੈਨੂੰ ਹੀ ਲੈ ਗਏ ਆ ਉੱਥੇ ਗਏ, ਉੱਥੇ ਕਹਿੰਦੇ ਮੁਲਾਜ਼ਾ ਕਰਾਉਣਾ, ਮੈਨੂੰ ਹੌਸਪਿਟਲ ਲੈ ਗਏ, ਉੱਥੇ ਕੋਈ ਨਹੀਂ ਆ, ਨਾ ਮੇਰੇ ਬਲੱਡ ਟੈਸਟ ਹੋਏ ਨਾ ਕੁਛ ਹੋਇਆ, ਉੱਥੇ ਡਾਕਟਰ ਨੇ ਵੀ ਉੱਦਾਂ ਲਿਖਤਾ ਵਾ। ਅੱਜ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ, ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ, ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹਾਲੇ ਤੱਕ ਕੋਈ, ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉੱਥੇ ਥਾਣੇ 'ਚ ਬੁਲਾਉਣ ਇਹਨਾਂ ਨੂੰ, ਇਹ ਕਦੀ ਕਹਿੰਦੇ ਆ ਵੀ ਅੱਜ ਉੱਥੇ ਉਹਦੀ ਡਿਊਟੀ ਉੱਥੇ ਲੱਗੀ ਆ, ਆ 15 ਅਗਸਤ ਆ ਗਏ, 2 ਦਿਨ ਉੱਥੇ ਚਲ ਗਏ ਆ, ਉਸ ਤੋਂ ਬਾਅਦ ਕਹਿੰਦੇ ਆ ਰੱਖੜੀ ਆ ਗਈ ਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਤੋਂ ਸਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ, ਇਹਨਾਂ ਕੋਲ ਮਾਫੀਆਂ ਮੰਗਵਾਉਣੀਆਂ ਵਾ, ਆਪਾਂ ਇਹ ਕਰਨਾ ਜੇ, ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ, ਮੈਂ ਕੋਈ ਕਾਰਵਾਈ ਨਹੀਂ ਕਰਦਾ, ਮੈਨੂੰ ਨਾ ਸਾਨੂੰ ਪਤਾ ਹੁੰਦਾ ਇਸ ਚੀਜ਼ਾਂ ਦਾ, ਨਾ ਆਪਾਂ ਕੋਈ ਕਾਰਵਾਈ ਕਰਨ ਡਿਆ, ਮੈਂ ਕੋਈ ਹਾਲੇ ਤੱਕ ਨਹੀਂ ਕੀਤੀ। ਪਰ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਘੱਟੋ ਘੱਟ ਇਹ ਤਾਂ ਹੋਏ, ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਆ ਮੁਲਾਜ਼ਮ ਆ, ਅੱਗੋਂ ਮੈਂ ਵੀ ਆਰਮੀ ਵਾਲਾ ਵਾਂ, ਚਲੋ ਰਿਟਾਇਰ ਆਇਆ ਫਿਰ ਵੀ ਆਰਮੀ ਵਾਲਾ ਹੀ ਹਾਂ, ਇਹਨਾਂ ਨੂੰ ਇਹ ਤਾਂ ਘੱਟੋ ਘੱਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉੱਥੇ ਥਾਣੇ ਸਾਡੇ ਸਾਹਮਣੇ ਪੇਸ਼ ਕਰਦੇ। ਜਿਵੇਂ ਇੱਕ ਕਾਰ ਲਾਉਣ ਤੋਂ ਮੈਡਮ ਸਾਡੇ ASI ਅਤੇ ਕੁਲਵਿੰਦਰ ਕੌਰ ਲੱਗੇ ਆ, ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ, ਅਤੇ ਕਾਰ ਲਾਉਣ ਤੋਂ ਝਗੜਾ ਹੋਇਆ ਇਹਨਾਂ ਦਾ, ਇਹਦੇ ਸੰਬੰਧੀ ਇਹਨਾਂ ਦੀਆਂ MLR ਆਈਆਂ ਸਾਡੇ ਕੋਲ, ਉਹਦੇ ਸੰਬੰਧੀ ਅਸੀਂ ਤਾਂ ਤਸਦੀਕ ਕਰਕੇ ਇੱਕ ਤਾਂ ਪ੍ਰਿਵੈਂਟਿਵ ਐਕਸ਼ਨ ਕਰ ਰਹੇ ਹਾਂ, ਨੰਬਰ 2 ਅਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣ ਕਰ ਰਹੇ ਫੀਲਡ ਜੋ ਸਾਡੇ ਅਜੇ ਤੱਕ ਸਾਡੇ ਕਿਸੇ ਨੇ ਪੇਸ਼ ਨਹੀਂ ਕੀਤੀਆਂ, ਬਟ ਸੋਸ਼ਲ ਮੀਡੀਆ ਰਾਹੀਂ ਤੇ ਦੇਖਿਆ ਗਿਆ ਵਾ, ਉਹਦੇ ਉਦੋਂ ਤੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਬਣਦੀ ਹੈ। ਚੜ੍ਹਦੀ ਕਲਾ ਟਾਈਮ TV ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।